ਭਾਰਤ ਵਿੱਚ ਹੜਾਂ ਦੇ ਆਉਣ ਦੇ ਨਾਲ ਲੋਕਾਂ ਦੀ ਜੇਬ ਤੇ ਅਸਰ ਪੈ ਰਿਹਾ। ਸਬਜ਼ੀਆਂ ਦੇ ਔਰ ਫਲਾਂ ਦੇ ਜਿਹੜੇ ਰੇਟ ਆ ਵੱਧ ਚੁੱਕੇ ਆ। ਅਸੀਂ ਅੱਜ ਜੰਡਿਆਲਾ ਗੁਰੂ ਦਾਣਾ ਮੰਡੀ ਵਿੱਚ ਖੜੇ ਆ, ਗੱਲਬਾਤ ਵੀ ਕਰ ਲਾਂਗੇ। ਪੰਜ ਕੀ ਨਾਮ? ਸੀਮਾ। ਸਬਜ਼ੀ ਲੈਣਾ ਹੈ ਜੀ? ਕਿੰਨੀ ਕੁ ਮਹਿੰਗੀ ਸਬਜ਼ੀ? ਸਬਜ਼ੀ ਆਈ ਆ ਮਹਿੰਗੀ। ਕਿੰਨੀ ਕੁ? ਤਿਗਨੀ ਤਾਂ ਹੋਈ ਦੀ ਹੈ ਜਿਸ ਹਿਸਾਬ ਨਾਲ ਲੈਣੇ ਪਏ ਅਸੀਂ। ਘਰ ਦਾ ਬਜਟ ਵਿਗੜ ਗਿਆ? ਉਹ ਤਾਂ ਵਿਗੜਨਾ ਹੀ ਆ, ਆਮ ਆਦਮੀ ਦਾ ਤਾਂ ਵਿਗੜੇਗਾ ਹੀ। ਆਮ ਲੋਕਾਂ ਦੀ ਜਿਸ ਤਰ੍ਹਾਂ ਸਬਜ਼ੀ ਹੁਣ ਪਹਿਲਾਂ ਸੀ ਟਮਾਟਰ 10 ਰੁਪਏ ਕਿਲੋ ਸੀ, ਅੱਜ ਕੀ ਭਾਅ? 200 ਤੋਂ ਉੱਪਰ ਹੀ ਹੋਏਗਾ ਜਾਂ 200 ਹੋਏਗਾ ਬਸ, ਇਸ ਤੋਂ ਜ਼ਿਆਦਾ ਤਾਂ ਹੋਈ ਹੁਣ ਕੀ ਕਰ ਸਕਦੇ ਅਸੀਂ। ਹੁਣ ਜਿਸ ਹਿਸਾਬ ਨਾਲ ਮਹਿੰਗਾਈ ਵੱਧਦੀ ਪਈ ਹੈ ਤਾਂ ਬਜਟ ਆਪਣੇ ਆਪ ਵਧੇਗਾ ਹੀ। ਅਤੇ ਕੀ ਕਾਰਨ ਕਿਉਂ ਵਧਦੇ ਪਏ? ਬਸ ਬਾਰਿਸ਼ਾਂ ਕਾਰਨ ਹੋਏਗਾ ਜਾਂ ਬਸ ਗਰਮੀ ਕਾਰਨ ਜਿਸ ਤਰ੍ਹਾਂ ਹੁੰਦਾ। ਟਮਾਟਰ ਵੇਖ ਲਓ ਕੀ ਹਾਲ ਜੀ, 150 ਰੁਪਏ ਕਿਲੋ। ਅਦਰਕ ਅਦਰਕ ਬੋਲੇ ਅਦਰਕ ਤੇ 300 ਦੇ ਬਾਹਰ ਚਲੇ ਗਿਆ ਵਾ, ਇਹਨੇ ਮਾਰ ਮਾਰੀ ਹੈ ਚੰਗੀ। ਪਹਿਲਾਂ ਕਿੰਨੇ ਦੀ ਸਬਜ਼ੀ ਲੈ ਕੇ ਜਾਂਦੇ ਸੀ ਤੇ ਅੱਜ ਕਿੰਨੇ ਦੀ ਲੈ ਰਹੇ ਜੀ? ਪਹਿਲਾਂ ਤੇ ਵੇਖੋ 100 ਰੁਪਏ ਤੇ ਫਿਰ ਵੀ ਚਲੋ ਘਰ ਵੱਡੀ ਚੱਲ ਜਾਂਦੇ ਕਿ ਵੱਡੇ ਫੈਮਿਲੀ ਲਈ। ਹੁਣ ਜਦੋਂ ਫੈਮਿਲੀਆਂ ਵੀ ਓਡੀਆਂ ਵਾ, ਖਰਚੇ ਤੇ ਓਨੇ ਹੀ ਆ, ਪਰ ਸਬਜ਼ੀਆਂ ਦੇ ਰੇਟ ਆ ਦੇਖ ਲਓ, ਆ 40 ਦੀ ਅੱਧਾ ਕਿਲੋ ਪਾਲਕ ਜੀ ਇੰਨੀ ਕੁ। ਤੇ ਜਦੋਂ ਗੈਦਰਿੰਗ ਹੋ ਜਾਂਦੀ ਆ ਹੁਣ ਉਹ ਕਨਸੈਸ਼ਨ ਤੇ ਹੁੰਦੀ ਨਹੀਂ ਕਿਸੇ ਚੀਜ਼ ਦੇ ਵਿੱਚ। ਰਸੋਈ ਦਾ ਬਜਟ ਕਿੰਨਾ ਵਿਗੜਿਆ? ਰਸੋਈ ਦਾ ਬਜਟ ਬਹੁਤ ਵਿਗੜਿਆ। ਰਸੋਈ ਦਾ ਬਜਟ ਤੁਸੀਂ ਹਿਸਾਬ ਲਾ ਲਓ ਵੀ ਇੰਨੀ ਕੁ, ਇੰਨਾ ਕੁ ਸਮਾਨ 500 ਦਾ ਲੈ ਕੇ ਜਾਓ ਤੇ ਇੰਨਾ ਕੁ ਸਮਾਨ ਆਉਂਦਾ ਵਾ, ਕੋਈ ਹੈ ਹੀ ਨਹੀਂ ਕਿਸੇ ਚੀਜ਼ ਦਾ ਹੱਥ ਬੰਨਾ ਹੀ ਨਹੀਂ ਹੈਗਾ ਹੁਣ ਤੇ। ਫੈਮਿਲੀ ਚ ਲਾਉਣਾ ਬੜਾ ਔਖਾ ਵਾ ਹੋਇਆ ਪਿਆ। ਖਰਚੇ ਹੋਰ ਕਿੰਨੇ ਘਰ ਦੇ? ਹਾਂਜੀ ਘਰਾਂ ਦੇ ਕਿੰਨੇ ਖਰਚੇ? ਘਰਾਂ ਦੇ ਖਰਚੇ ਵੇਖੋ, ਦੁੱਧ ਦੇਖ ਲਓ, ਵਧੀਆ ਦੁੱਧ ਲੈਣ ਜੋ 70 ਰੁਪਏ ਕਿਲੋ ਦੁੱਧ, 70 ਰੁਪਏ ਕਿਲੋ ਤੇ ਇੱਕ ਫੈਮਿਲੀ ਦੇ ਵਿੱਚ ਕਿਲੋ ਦੁੱਧ ਦਾ ਕੀ ਮਾਇਨਾ ਵਾ? ਛੋਟੇ ਬੱਚਿਆਂ ਨੂੰ ਵੀ ਜੇ ਤੁਸੀਂ ਉਹਨਾਂ ਨੂੰ ਵਧੀਆ ਸਕੂਲਾਂ 'ਚ ਪੜਾਉਣ ਡਏ, ਜੇ ਨੋਰਮਲ ਵੀ ਪੜਾਉਣ ਡਏ, ਉਹਨਾਂ ਨੂੰ ਦੁੱਧ ਵੀ ਦੇਣਾ ਕੀ? ਉਹਨਾਂ ਨੂੰ ਬੱਚਿਆਂ ਨੂੰ ਵੀ ਨਹੀਂ ਪ੍ਰੋਪਰ ਡਾਈਟ ਦਿੱਤੀ ਜਾ ਰਹੀ, ਇਹਨਾਂ ਦੀ ਮਹਿੰਗਾਈ ਦੇ ਮਾਰ ਨੇ ਇੰਨਾ ਮਾਰਿਆ ਹੋਇਆ। ਕੀ ਮੰਗ ਕਰਦੇ ਸਰਕਾਰ ਤੋਂ? ਮੰਗ ਤੇ ਵੀਰ ਜੀ ਵੇਖੋ ਸਰਕਾਰ ਤੋਂ ਤੇ ਆਪ ਨਹੀਂ ਪਤਾ ਵਾ, ਮਹਿੰਗਾਈ ਸਾਰਿਆਂ ਲਈ ਆ, ਉਹਨਾਂ ਨੂੰ ਵੀ ਇਸ ਚੀਜ਼ ਦਾ ਹੈਗਾ ਹੀ ਆ, ਪਤਾ ਹੀ ਆ ਉਹਨਾਂ ਕੋਲ ਕਿਹੜਾ ਚੀਜ਼ ਦੀ ਛੁਪੀ ਹੋਈ ਹੈ ਕਿਸ ਚੀਜ਼ ਦੀ। ਮੰਗ ਤੇ ਇਹੋ ਹੀ ਆ ਵੀ ਚਲੋ ਮਹਿੰਗਾਈ ਥੋੜ੍ਹੀ ਘਟਾਈ ਜਾਵੇ ਸਾਰਿਆਂ ਨੂੰ, ਪਰ ਪਰਸਨ ਜਿਹੜੀ ਆਮਦਨ ਆ ਪ੍ਰੋਪਰ ਕੀਤੀ ਜਾਵੇ ਤੇ ਜਿਹੜਾ ਬੰਦੇ ਨੂੰ ਆਪਣੇ ਰੋਟੀ ਪਾਣੀ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕੇ। ਕਾਹਦੀ ਦੁਕਾਨ ਹੈ ਜੀ? ਆਪਣੀ ਸਬਜ਼ੀ ਦੀ ਦੁਕਾਨ ਜੀ। ਰੇਟ ਬੜੇ ਵਧੇ ਸਬਜ਼ੀਆਂ ਦੇ? ਰੇਟ ਸਬਜ਼ੀ ਦੇ ਇਸ ਕਾਰਨ ਵਧੇ ਵੀ ਬਾਰਿਸ਼ ਹੋ ਗਈਆਂ ਵਾ, ਬਾਰਿਸ਼ਾਂ ਨਾਲ ਰੁੜ ਗਈਆਂ ਵਾ, ਖਤਮ ਹੋ ਗਈਆਂ, ਇਸ ਕਾਰਨ ਘਟ ਗਈ ਹੈ ਤੇ ਰੇਟ ਵਧ ਗਏ। ਇਹ ਜਿਹੜੀ ਸਬਜ਼ੀ ਹੈ ਕਿੱਥੋਂ ਆ ਰਹੀ ਹੈ? ਇਹ ਕੋਈ ਹਿਮਾਚਲ ਤੋਂ, ਕੋਈ ਰਾਜਸਥਾਨ ਚੋਂ, ਕੋਈ ਯੂਪੀ ਤੋਂ, ਪੰਜਾਬ ਦੀਆਂ ਸਾਰੀਆਂ ਖਤਮ ਹੋ ਗਈਆਂ, ਕੋਈ ਗਿਣੀ ਚੁਣੀ ਚੀਜ਼ ਰਹਿ ਗਈ ਹੈ, ਬਾਕੀ ਸਾਰੀ ਮਹਿੰਗੀ ਆ ਰਹੀ ਹੈ, ਕੋਈ ਹਿਮਾਚਲ ਤੋਂ ਵੀ ਰੁੜ ਗਿਆ ਕੁਝ, ਇਸ ਕਰਕੇ ਤੇਜ਼। ਟਮਾਟਰ ਇਸ ਟਾਈਮ 200 ਰੁਪਏ ਕਿਲੋ ਹੈ ਜੀ, ਪਰਚੂਨ ਹੈ ਜੀ। ਅਦਰਕ ਇਸ ਟਾਈਮ 400 ਰੁਪਏ ਕਿਲੋ। ਭਿੰਡੀ ਤੋਰੀ ਇਸ ਟਾਈਮ 60 ਰੁਪਏ ਕਿਲੋ ਹੈ ਜੀ। ਪਹਿਲੇ ਉਹ 30-40-20-25-30 ਰੁਪਏ। ਟਮਾਟਰ ਪਹਿਲੇ 10 ਰੁਪਏ ਤੋਂ ਲੈ ਕੇ 40 ਰੁਪਏ ਕਿਲੋ ਤੱਕ। ਹਾਂਜੀ ਆਉਂਦੇ ਆ ਜੀ, ਇਹੋ ਕਹਿੰਦੇ ਵੀ ਤੁਸੀਂ ਲੁੱਟਦੇ ਜੀ, ਤੁਸੀਂ ਇਹ ਮੰਡੀ ਵਾਲੇ ਲੁੱਟਣ ਡਏ ਜੀ। ਮੈਂ ਕਿਹਾ ਵੀ ਅਸੀਂ ਲੁੱਟਣਾ ਕੀ, ਬਾਰਿਸ਼ ਦਾ ਕੰਮ ਹੈ, ਬਾਰਿਸ਼ ਨਹੀਂ ਆਉਂਦਾ ਤਾਂ ਅਸੀਂ ਕੀ ਕਰ ਸਕਦੇ, ਇਹ ਖਰਾਬ ਵੀ ਬਹੁਤ ਜ਼ਿਆਦਾ ਆਉਂਦਾ। ਇਹ ਦੇਖੋ ਸਬਜ਼ੀਆਂ ਜੀ ਹਿਮਾਚਲ ਤੋਂ ਆਈਆਂ ਤੇ ਖਰਾਬ ਇਸ ਤਰ੍ਹਾਂ ਦੀ ਨਿਕਲਦੀਆਂ ਜੀ। ਹਾਂਜੀ ਹਿਮਾਚਲ ਦੀ ਸਬਜ਼ੀਆਂ ਸਾਰੀਆਂ ਖਰਾਬ ਆਉਂਦੀਆਂ ਸਾਡੀ। ਹਾਂਜੀ ਸਾਨੂੰ ਕਮਾਈ ਤੇ ਦੂਰ ਰਹੀ, ਸਾਨੂੰ 2-3 ਹਜ਼ਾਰ ਰੁਪਇਆ ਰੋਜ਼ ਖਮਾਜਾ ਭਰਨਾ ਪੈਂਦਾ, ਘਟਦੇ ਆ 2-3 ਹਜ਼ਾਰ ਰੁਪਇਆ ਰੋਜ਼, ਕਿਉਂਕਿ ਖਰਾਬ ਹੋ ਜਾਂਦਾ, ਬਰਸਾਤੀ ਕੰਮ ਹੈ। ਗਾਹ ਘੱਟ ਹੈ ਜੀ, ਤੇਜ਼ ਕਰਕੇ ਗਾਹ ਘੱਟ ਹੈ, ਸਬਜ਼ੀਆਂ ਤੇਜ਼ ਹੈ, ਗਾਹ ਘੱਟ ਹੈ। ਗਾਹ ਕਹਿੰਦਾ ਚਲੋ ਦਾਲ ਹੀ ਖਾ ਲਾਂਗੇ। ਨਾ ਜੀ ਨਾ, ਪੈਸੇ ਘੱਟਦੇ ਪਏ ਜੀ, 20 ਦਿਨ ਹੋ ਗਏ ਜੀ ਘੱਟਦੇ ਪਏ, ਪੈਸੇ ਰੋਜ਼ ਘੱਟਦੇ ਜੀ, 70-75 ਹਜ਼ਾਰ ਦੇ ਥੱਲੇ ਲੱਗ ਗਏ ਮੰਡੀ ਦੇ। ਕੰਮ ਤੇ ਛੱਡਿਆ ਨਹੀਂ ਜਾਂਦਾ ਜੀ, ਕੀ ਕਰਾਂਗੇ, ਹੋਰ ਕੁਛ ਕਰ ਨਹੀਂ ਸਕਦੇ। ਸਰਕਾਰ ਤੋਂ ਮੰਗ ਕਹਿੰਦੇ ਇਹਦੇ ਕੋਈ ਨਾ ਕੋਈ ਇਹਨਾਂ ਦਾ ਹੱਲ ਕੱਢੋ, ਦੇਖੋ ਰੇਟ ਆਸਮਾਨ ਛੂ ਰਿਹਾ ਹੈ। 200 ਰੁਪਏ ਕਿਲੋ ਟਮਾਟਰ ਆ, 400 ਰੁਪਏ ਕਿਲੋ ਅਦਰਕ ਆ, ਹਰੀ ਮਿਰਚ 80-100 ਰੁਪਏ ਕਿਲੋ ਵਿਕ ਰਹੀ ਆ, ਤੁਸੀਂ ਦੱਸੋ ਨਹੀਂ ਕਰੀ। ਨਾਰਮਲ ਇਨਸਾਨ ਤੋਂ ਖਾ ਨਹੀਂ ਸਕਦਾ, ਵੋ
ये चीजों पे अमाउंट कैसे भरेगा सर? इनकी 200-300 रुपए ज्यादा है सर, वो कैसे एक चीज खाएंगे? 200 रुपए का 150 रुपए किलो गोभी है, 100 रुपए किलो करेला है, कैसे खाएंगे ये? टमाटर सर 200 रुपए के जी है, पहले सर 10-15 रुपए किलो था। इतनी महंगाई हो रही है और लोगों की जेब पे असर पड़ रहा है, क्या लोग खाना खा रहे हैं? सर 75% तो लोग कम कर चुके हैं, अब आगे का नहीं कर सकते। मार्केट में सर कस्टमर बहुत कम है, ये सर कस्टमर आएगा तो रेट ही नहीं होगा तो कैसे होगा सर? हर कोई अपना जेब देखेगा फिर भी खाएगा। आपका खर्चा पूरा हो जाता है सर? हमारा अभी नहीं, अभी सर जितना लगाते हैं उससे कभी कभी 20-25% कभी कभी कम हो जाता है, लॉस हो जाता है, प्रॉफिट नहीं हो रहा। ओके सर 25% तो लॉस होता होता है कभी कभी, कभी प्रॉफिट होता है कभी लॉस हो जाता है, अभी तो बच नहीं रहा ये बारिश के मौसम। 100 रुपए किलो आ चंगा आलू बखारा, 150 रुपए किलो आ, मतलब कि महंगाई सिखरां ते आम बंदे दे वसों बाहर हो चुके खाना पीना, इसलिए मतलब सानू दुकानदारां नू बड़ियां मुश्किलां आ रही वा। इस तरीके नाल थोड़ी महंगाई घट होवे ते साडे वी कस्टमर वधन ते साडी आमदन दा जरिया बने। ग्राहक घट है जी, जदों एडे महंगे चीज़ां होणियां जी, ग्राहक कितों? 300 रुपए किलो सेब आ, 3 पीस सेब दे चढ़दे 300 रुपए दे जी, इस तों आम बंदा कित्थों खा लेगा जी? शाहूकार के खान के मुकाबत भी नहीं है, आम नागरिक कितों खा लेगा जी? वेखो जी गर्मियों के जिस तरह हम बरसाती मौसम आया 20% वेस्टिंग है जी, सुटना पै रहा 20% फ्रूट जी सानू। इस टाइम जो 2-3 महीने होंगे, 2-3 महीनों के कोई बचत का जरिया नहीं होंगे जी, नुकसान ही होंगे जी दुकान पर गर्मियों के। हाड़ के कारण बहुत समस्या वा, फ्रूट ज्यादा महंगा वा, साड़ू फ्रूट आ खराब जल्दी हो रहा वा, सवेरे चंगा भला लाईदा शाम नूं अद्धा सड़िया हुंदा जी। फ्रूट कोई कश्मीर तो कोई हिमाचल तो इधर मतलब हर एरिया दे विच, कोई पालमपुर तो कोई हुशियारपुर तो अंब आ रहा जी, जी हर एरिए तो आ रहा। गरीब बंदे दे वस तो बाहर जिहड़े मजदूर दी 400 रुपए दिहाड़ी 300 रुपए किलो कित्थों एप्पल खा लेगा जी? रेट सब्जी के रेट बड़े बड़े सब्जी रेट तो पुछो कौन दे जो 100 रुपए का क्रेट ही हाले 3500 रुपए क्रेट मंडी के देख रहा, इन्नी को तेजी हो गई कि हद तो ज़्यादा गरीब के खाने की कोई बात नहीं लगी, ज़्यादा बंदा खा लगी। मंडी जी गाहक तो बहुत है, मंडी जिन्हें जोड़ा मंडी जाता वो सौदा लैके आता, पर हद तो ज़्यादा महंगा बहुत ज़्यादा। गुजारा बस टाइम पास ये कि यार कोई रेखा दे, जो गरीब तबका वा तो बहुत हाले थले जा रहा। मनीष कुमार, सब्जी के रेट क्यों बद रहे? सब्जी मारा बहुत ज्यादा पै रही, क्योंकि बेमौसमी बरसात होने हड़ आने लोगों की जेब से असर पै रहा, क्योंकि रेट के जेडे समान जितना छू रहे रेट दुगने तिगड़े रेट हो चुके। जो टमाटर 10-15 रुपए किलो विक रहा है, अज 200 रुपए के उपर विक रहा, अदरक जरा 300 तो बहर है, पर वक्त वक्त असी लोगों गलबात कर रहे हैं। सब्जियों के रेट फलों के रेट भी बढ़ चुके हैं। जंडियाला गुरु अश्विनी शर्मा की रिपोर्ट, लिविंग चैनल पंजाब।